ਕਰਦਾ ਰੁਕ ਕੇ ਕਾਲ ਕਰਦਾ ਮੈਂ ਖੜਦਾ ਨਹੀਂ ਕਾਲਜ ਦੇ ਵਿੱਚੋਂ ਬੀਐਸਸੀ ਖੇਤੀਬਾੜੀ ਦਾ ਵਿਸ਼ਾ ਬੰਦ ਹੋ ਗਿਆ ਜਿਸ ਕਾਰਨ ਲਗਾਤਾਰ ਪੀਐਸਯੂ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਸਨ ਪਰ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੇ ਹੁਣ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਈਆਂ ਨੇ ਤੇ ਕੋਰਸ ਨੂੰ ਸਰਕਾਰੀ ਪੱਧਰ ਤੇ ਮੁੜ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਕਿਸਾਨ ਅਤੇ ਵਿਦਿਆਰਥੀਆਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਦਾ ਘਿਰਾਓ ਕੀਤਾ ਅਤੇ ਸਿੱਖਿਆ ਨੀਤੀ ਨੂੰ ਲੈ ਕੇ ਸਰਕਾਰ ਉੱਤੇ ਵੱਡੇ ਸਵਾਲ ਵੀ ਚੁੱਕੇ ਨੇ ਦਰਅਸਲ ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਬੀਤੇ ਕਰੀਬ 4 ਦਹਾਕਿਆਂ ਤੋਂ ਵੀ ਪਹਿਲਾਂ ਤੋਂ ਚੱਲਦੀ ਆ ਰਹੀ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਕਾਲਜ ਦੇ ਵਿੱਚੋਂ ਸ਼ਰਤਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਦਾ ਹੁਣ ਵਿਰੋਧ ਵੱਧਦਾ ਜਾ ਰਿਹਾ ਹੈ ਇਸ ਕੋਰਸ ਨੂੰ ਮੁੜ ਤੋਂ ਸਰਕਾਰੀ ਪੱਧਰ ਤੇ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀਐਸਯੂ ਦੇ ਵਿਦਿਆਰਥੀਆਂ ਦੀ ਹਿਮਾਇਤ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਈਆਂ ਨੇ ਪੀਐਸਯੂ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚਾ ਪੀਐਸਯੂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਸਰਕਾਰੀ ਤੌਰ ਤੇ ਬਰਜਿੰਦਰਾ ਕਾਲਜ ਦੇ ਵਿੱਚ ਮੁੜ ਸ਼ੁਰੂ ਕਰਾਉਣ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਉਸ ਤੋਂ ਬਾਅਦ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੇ ਘਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਨਾਮ ਤੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਹੁਣ ਖੁਦ ਹੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਖਾਸ ਕਰ ਗਰੀਬ ਪਰਿਵਾਰਾਂ ਤੋਂ ਸਿੱਖਿਆ ਦਾ ਅਧਿਕਾਰ ਖੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਕਾਲਜ ਦੇ ਵਿੱਚ ਪਹਿਲਾਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਸਰਕਾਰੀ ਤੌਰ ਤੇ ਕਰਵਾਈ ਜਾ ਰਹੀ ਸੀ ਕਾਲਜ ਦੇ ਕੋਲ ਬੀਐਸਸੀ ਐਗਰੀਕਲਚਰ ਵਿਭਾਗ ਕੋਲ ਆਪਣੀ ਮਾਲਕੀ ਦੀ 15 ਏਕੜ ਵਾਹੀਯੋਗ ਜ਼ਮੀਨ ਵੀ ਸੀ ਪਰ ਕੁਝ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਹੁਣ ਇਹ ਪੜ੍ਹਾਈ ਇੱਥੋਂ ਬੰਦ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਵੇਲੇ ਗੁਰਦਿੱਤ ਸਿੰਘ ਸੇਖੋਂ ਵੱਲੋਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਇੱਥੇ ਜਾਰੀ ਰੱਖਣ ਸੰਬੰਧੀ ਭੁੱਖ ਹੜਤਾਲ ਵੀ ਕੀਤੀ ਗਈ ਸੀ ਪਰ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਨੇ ਪਰ ਫਿਰ ਵੀ ਇੱਥੇ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਸਰਕਾਰ ਲੋਕਾਂ ਤੋਂ ਪੜ੍ਹਾਈ ਦਾ ਹੱਕ ਖੋਣਾ ਚਾਹੁੰਦੀ ਹੈ ਅਤੇ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਆਪਣੀ ਜੰਮ ਕੇ ਭੜਾਸ ਕੱਢੀ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਿਹੜਾ ਲਗਾਤਾਰ 23 ਦਿਨਾਂ ਤੋਂ ਪੱਕਾ ਧਰਨਾ ਲਾਇਆ ਹੋਇਆ ਸਰਕਾਰੀ ਬਰਜਿੰਦਰਾ ਕਾਲਜ ਸਾਡੀ ਮੰਗ ਇਹ ਹੈ ਕਿ ਜਿਹੜੀ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਹੈ ਪੰਜਾਬ ਸਰਕਾਰ ਨੇ ਉਹਨੂੰ ਪ੍ਰਾਈਵੇਟ ਕਰਕੇ ਮਾਨਤਾ ਰੱਦ ਕਰਤੀ ਆ ਇੱਕੋ ਇੱਕ ਪੰਜਾਬ ਦਾ ਸਰਕਾਰੀ ਕਾਲਜ ਸੀ ਜਿੱਥੇ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਹੁੰਦੀ ਸੀ ਉੱਥੋਂ ਵੀ ਬੰਦ ਕਰਨ ਦਾ ਮਤਲਬ ਇਹ ਹੈ ਕਿ ਸਰਕਾਰ ਖੇਤੀਬਾੜੀ ਦੀ ਜਿਹੜੀ ਸੰਕਟ ਜਾ ਰਹੀ ਹੈ ਨਾ ਤਾਂ ਉਹਨੂੰ ਨਜਿੱਠਣਾ ਚਾਹੁੰਦੀ ਆ ਤੇ ਇੱਕ ਵਿਦਿਆਰਥੀ ਨੂੰ ਪ੍ਰਾਈਵੇਟਾਈਜੇਸ਼ਨ ਦੇ ਨਾਂ ਤੇ ਵਿਦਿਆਰਥੀ ਨੂੰ ਸਿੱਖਿਆ ਦਾ ਅਧਿਕਾਰ ਖੋ ਰਹੀ ਹੈ ਇਸ ਮੰਗ ਤੇ ਕਿ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ ਤੇ ਮਾਨਤਾ ਬਹਾਲ ਹੋਵੇ ਤੇ ਜਿਹੜੀ ਕਾਰਨਾਂ ਕਰਕੇ ਸਰਕਾਰ ਬਹਾਨੇ ਬਣਾ ਰਹੀ ਹੈ ਵੀ ਜਿਹੜੇ ਕਾਰਨਾਂ ਕਰਕੇ ਸਿੱਖਿਆ ਬੰਦ ਕੀਤੀ ਜਾ ਰਹੀ ਹੈ ਇੱਥੋਂ ਉਹ ਕਾਰਨ ਇਹ ਹੈ ਕਿ ਇੱਥੇ ਅਧਿਆਪਕ ਪੂਰੇ ਨਹੀਂ ਹੈਗੇ ਬਿਲਡਿੰਗ ਪੂਰੀ ਨਹੀਂ ਹੈਗੀ ਲੈਬ ਘੱਟ ਨੇ ਉਹ ਸਾਰੀਆਂ ਡਿਮਾਂਡ ਜਿਹੜੀਆਂ ਸਰਕਾਰ ਕਾਲਜ ਤੋਂ ਕਰ ਰਹੀ ਹੈ ਉਹ ਡਿਮਾਂਡ ਸਰਕਾਰ ਆਪ ਪੂਰੀਆਂ ਕਰੇ ਖੇਤੀਬਾੜੀ ਦੀ ਪੜ੍ਹਾਈ ਲਈ ਜੋ ਜੋ
ਚੀਜ਼ਾਂ ਚਾਹੀਦੀਆਂ, ਲੈਬ ਚਾਹੀਦੀ ਹੈ, ਲੈਬ ਬਣੀ ਨਵੀਂ ਬਣਾਵੇ, ਪ੍ਰੋਫੈਸਰ ਚਾਹੀਦੇ 32, ਉਹ ਪ੍ਰੋਫੈਸਰ ਦੀ ਨੂੰ ਭਰਤੀ ਕਰਨ ਦਾ ਸਰਕਾਰ ਦੀ ਜ਼ਿੰਮੇਵਾਰੀ ਹੈ, ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰਕੇ ਸਰਕਾਰ ਕੋਰਸ ਦੀ ਮਾਨਤਾ ਬਹਾਲ ਕਰੇ ਤੇ ਕੋਰਸ ਨੂੰ ਮੁੜ ਤੋਂ ਜਿਹੜਾ ਸਰਕਾਰੀ ਕਰੇ। ਇਸੇ ਮੰਗ ਤੇ ਜਿਹੜਾ ਲਗਾਤਾਰ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਅੱਜ ਸੰਯੁਕਤ ਕਿਸਾਨ ਮੋਰਚੇ ਨੇ ਸਾਡੇ ਜਿਹੜੇ ਧਰਨੇ ਦਾ ਜਿਹੜਾ ਸਮਰਥਨ ਦਾ ਐਲਾਨ ਕੀਤਾ। ਅੱਜ ਵੱਖ ਵੱਖ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸਾਡੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਗੁਰਗਿਰ ਸਿੰਘ ਸੇਖੋਂ ਦੇ ਘਰ ਦਾ ਘਰਾਓ ਦਾ ਜਿਹੜਾ ਅੱਜ ਪ੍ਰੋਗਰਾਮ ਸੀ ਉਹ ਕਰ ਰਹੇ ਹਾਂ। ਅਸੀਂ ਜਦੋਂ ਪਿਛਲੀ ਵਾਰ ਕਾਂਗਰਸ ਸਰਕਾਰ ਨੇ 2 ਸਾਲ ਸਰਕਾਰੀ ਪੜ੍ਹਾਈ ਨੂੰ ਬੰਦ ਕੀਤਾ, ਐਗਰੀਕਲਚਰ ਦੀ ਪੜ੍ਹਾਈ ਨੂੰ ਬੰਦ ਕੀਤਾ, ਉਦੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਸੇਖੋਂ, ਕੁਲਤਾਰ ਸਿੰਘ ਸੰਧਵਾਂ ਹੋਰੀ ਜਿਹੜੇ ਆ ਇਸ ਸੰਘਰਸ਼ ਵਿੱਚ ਸ਼ਾਮਿਲ ਹੁੰਦੇ ਰਹੇ ਲੋਕਾਂ ਨੇ ਸੰਘਰਸ਼ ਚ ਕਿ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ। ਤੇ ਜਦੋਂ ਅਸੀਂ, ਕਿਉਂਕਿ ਇਹ ਸਰਕਾਰ ਦੇ ਨੁਮਾਇੰਦੇ ਨੇ, ਅਸੀਂ ਇਹਨਾਂ ਨੂੰ ਕਿਹਾ ਵੀ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਚਾਲੂ ਕਰੋ, ਸਰਕਾਰੀ ਕਰੋ, ਉਦੋਂ ਇਹਨਾਂ ਨੇ ਸਾਨੂੰ ਕਿਹਾ ਵੀ 2 ਦਿਨਾਂ ਚ ਅਸੀਂ ਖੇਤੀਬਾੜੀ ਵਾਲੇ ਪੜ੍ਹਾਈ ਦਾ ਮਾਮਲਾ ਜਿਹੜਾ ਹੱਲ ਕਰ ਦਾਂਗੇ। 1 ਮਹੀਨਾ ਪਹਿਲਾਂ ਦੀ ਗੱਲ ਹੈ ਇਹ। ਉਦੋਂ ਇਹਨਾਂ ਨੇ ਸਾਡੇ ਤੋਂ 2 ਦਿਨਾਂ ਦਾ ਸਭਾ ਮੰਗਿਆ ਤੇ ਸਾਡੇ ਤੋਂ ਵਾਅਦਾ ਲਿਆ ਇਹਨਾਂ ਨੇ ਕਿ ਅਸੀਂ ਸਰਕਾਰੀ ਕਾਲਜ ਵਿੱਚ ਸਰਕਾਰੀ ਕੋਰਸ ਹੀ ਚਲਾਵਾਂਗੇ, ਪ੍ਰਾਈਵੇਟ ਹੋਣ ਨਹੀਂ ਦੇਵਾਂਗੇ। ਇਸ ਕਰਕੇ, ਕਿਉਂਕਿ ਉਹ ਸਰਕਾਰ ਦੇ ਨੁਮਾਇੰਦੇ ਨੇ, ਸਾਨੂੰ ਲਾਰੇ ਲਾਏ ਉਹਨਾਂ ਨੇ ਵੀ 2 ਦਿਨਾਂ ਚ ਮਾਮਲਾ ਹੱਲ ਕਰ ਦਾਂਗੇ। ਇਸ ਕਰਕੇ ਗੁਰਦੀਪ ਸਿੰਘ ਸੇਖੋਂ ਦੇ ਘਰ ਦਾ ਘਰਾਓ ਜਿਹੜਾ ਅਸੀਂ ਕਰ ਰਹੇ ਹਾਂ, ਅਸੀਂ ਲਗਾਤਾਰ ਸੰਘਰਸ਼ ਕਰਾਂਗੇ ਜਿੰਨਾ ਟਾਈਮ ਪੰਜਾਬ ਸਰਕਾਰ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਜਿਹੜਾ ਚਾਲੂ ਨਹੀਂ ਕਰਦੀ, ਸਰਕਾਰੀ ਨਹੀਂ ਕਰਦੀ, ਉਹਨਾਂ ਟਾਈਮ ਅਸੀਂ ਸੰਘਰਸ਼ ਕਰਦੇ ਰਹਾਂਗੇ। ਅੱਜ ਅਸੀਂ ਗੁਰਦੀਪ ਸਿੰਘ ਸੇਖੋਂ ਦਾ ਘਰ ਇਸ ਕਰਕੇ ਘੇਰ ਰਹੇ ਹਾਂ ਕਿ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਆ BSc ਐਗਰੀਕਲਚਰ ਜਿੱਥੇ ਚੱਲ ਰਹੀ ਹੈ, ਉਹ ਹੈਗਾ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ। ਪਿਛਲੀਆਂ ਸਰਕਾਰਾਂ ਨੇ ਇਹਨੂੰ ਬੰਦ ਕਰਨ ਲਈ ਕੋਸ਼ਿਸ਼ ਕੀਤੀ ਤੇ ਸਰਦਾਰ ਗੁਰਦੀਪ ਸਿੰਘ ਸੇਖੋਂ ਹੀ ਭੁੱਖ ਹੜਤਾਲ ਤੇ ਬਹਿੰਦੇ ਰਹੇ ਤੇ ਹੁਣ ਜਦੋਂ ਉਹਨਾਂ ਦੀ ਸਰਕਾਰ ਆ ਤੇ BSc ਐਗਰੀਕਲਚਰ ਦੀ ਮਾਨਤਾ ਰੱਦ ਕਰਤੀ ਆ ਤੇ ਸੈਲਫ ਫਾਈਨਾਂਸ ਕਰਤਾ ਕੋਰਸ, ਜਿਹਦਾ ਮਤਲਬ ਆ ਕਿ ਸਰਕਾਰ ਕੋਈ ਗ੍ਰਾਂਟ ਨਹੀਂ ਦੇਊਗੀ, ਕਾਲਜ ਆਪਣੇ ਆਪ ਜਿਹੜਾ ਹੈਗਾ ਕੋਰਸ ਨੂੰ ਚਲਾਊਗਾ, ਜਿਸ ਕਰਕੇ ਉੱਥੇ 32 ਪ੍ਰੋਫੈਸਰਾਂ ਦੀ ਲੋੜ ਆ। ਸਰਕਾਰ ਕਹਿੰਦੀ ਤੁਸੀਂ ਭਰਤੀ ਕਰੋ, ਹੁਣ ਕਾਲਜ ਮੈਨੇਜਮੈਂਟ ਇੰਨਾ ਪੈਸਾ ਜੇ ਇਹਨੇ ਇਕੱਠਾ ਕਰਨਾ ਤੇ ਜਿਹੜੀ ਵਿਦਿਆਰਥੀਆਂ ਦੀ BSc ਐਗਰੀਕਲਚਰ ਚ ਫਸਟ ਈਅਰ ਚ 16,000 ਫੀਸ ਸੀ, ਉਹ 2.5 ਲੱਖ ਰੁਪਇਆ ਸੈਕੰਡ ਈਅਰ ਦੇ ਵਿੱਚ ਹੋ ਜਾਣੀ ਹੈਗੀ ਆ। ਤੇ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਜਿੱਥੇ ਖੇਤੀਬਾੜੀ ਦੀ ਪੜ੍ਹਾਈ ਹੁੰਦੀ ਸੀ, ਉਹਨੂੰ ਪੰਜਾਬ ਸਰਕਾਰ ਜਿਹੜੀ ਸਿਹਤ ਦੇ ਸਿੱਖਿਆ ਦੇ ਨਾਂ ਤੇ ਉਹ ਬੰਦ ਕਰ ਰਹੀ ਹੈਗੀ ਆ। ਗੁਰਦੀਪ ਸਿੰਘ ਸੇਖੋਂ ਜੇ ਉਹਨਾਂ ਚ ਪਹਿਲਾਂ ਜੇ ਪਖੰਡ ਨਹੀਂ ਕਰਦੇ ਸੀਗੇ ਤੇ ਫਿਰ ਉਹਨਾਂ ਨੂੰ BSc ਐਗਰੀਕਲਚਰ ਚਲਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਆ। ਇਸ ਤੋਂ ਪਹਿਲਾਂ ਸ਼ੂਗਰ ਮਿਲ ਚਲਾਉਣ ਲਈ ਭੁੱਖ ਹੜਤਾਲ ਤੇ ਬੈਠੇ, ਸ਼ੂਗਰ ਮਿਲ ਦੀ ਜ਼ਮੀਨ ਪਲਾਟ ਕੱਟ ਕੇ ਵੇਚੀ ਜਾ ਰਹੀ ਆ। ਬਰਜਿੰਦਰਾ ਕਾਲਜ BSc ਐਗਰੀਕਲਚਰ ਦੀ 15 ਕਿੱਲੇ ਜ਼ਮੀਨ ਆ ਜਿਹੜੀ ਕਿ ਪੌਡੀਆਂ ਦੇ ਭਾਅ ਵੇਚ ਕੇ ਗੁਰਦੀਪ ਸਿੰਘ ਸੇਖੋਂ ਵਰਗੇ ਲੀਡਰ ਆਪਣੀਆਂ ਜੇਬਾਂ ਭਰਨੀਆਂ ਚਾਹੁੰਦੇ ਆ। ਇਸ ਕਰਕੇ ਉਹਨੂੰ ਐਂ ਕਿ BSc ਐਗਰੀਕਲਚਰ ਬੰਦ ਹੋਵੇ ਜਿਵੇਂ ਪਹਿਲਾਂ ਸ਼ੂਗਰ ਮਿਲ ਦੀ ਜ਼ਮੀਨ ਵੇਚੀ ਆ। ਠੀਕ ਹੈ, ਪਹਿਲਾਂ ਉਹਨਾਂ ਨੇ 8 ਸਰਕਾਰੀ ਕਾਲਜ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਪੰਜਾਬ ਚ ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਲੜ ਰਹੀਆਂ, ਸੰਯੁਕਤ ਕਿਸਾਨ ਮੋਰਚੇ ਨੇ ਉਹ ਵੀ ਮਸਲਾ ਲਿਆ। ਇਸ ਕਰਕੇ ਸਿੱਖਿਆ ਸਮਾਜ ਦਾ ਮਸਲਾ, ਤੁਸੀਂ ਦੇਖੋ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਦੀ ਯੂਨੀਵਰਸਿਟੀ, ਖੇਤੀਬਾੜੀ ਪਿੰਡਾਂ ਚ ਹੁੰਦੀ ਤੇ 1% ਵੀ ਉੱਥੇ ਪਿੰਡ ਦਾ ਵਿਦਿਆਰਥੀ ਨਹੀਂ ਪੜ੍ਹਦਾ ਗਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਤੇ ਹੁਣ ਖੇਤੀਬਾੜੀ ਦੀ ਪੜ੍ਹਾਈ ਇੱਕੋ ਸਰਕਾਰੀ ਕਾਲਜ ਹੁੰਦੀ ਸੀ ਉਹ ਬੰਦ ਕਰ ਲਈ ਆ। ਜਿਸ ਕਰਕੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਦਿਆਰਥੀਆਂ ਦੀ ਹਮਾਇਤ ਤੇ ਆਏ ਆ ਤੇ ਸਿੱਖਿਆ ਦੇ ਨਾਮ ਤੇ ਜਿਹੜੇ ਲਾਰੇ ਲਾਉਂਦੇ ਰਹੇ ਹੈਗੇ ਆ ਉਹਨਾਂ ਨੂੰ ਬੇਪਰਦ ਕਰਨ ਆਏ ਆ ਕਿ ਜਾਂ BSc ਐਗਰੀਕਲਚਰ ਚਲਾਓ ਜਾਂ ਫਿਰ ਕੁਲਤਾਰ ਸੰਧਵਾਂ ਤੇ ਗੁਰਦੀਪ ਸੇਖੋਂ ਆਉਣ ਵਾਲੇ ਦਿਨਾਂ 'ਚ ਪਿੰਡਾਂ 'ਚ ਇਹਦਾ ਸੇਕ ਚੱਲਣ ਵਾਸਤੇ ਤਿਆਰ ਰਹਿਣ। ਅੱਜ ਤੁਹਾਡੇ ਨਾਲ ਕਿਹੜੀ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਜੀ, ਜਿਹਦੇ 'ਚ ਜਿਵੇਂ ਸਰਦਾਰ ਬਿੰਦਰ ਸਿੰਘ ਗੋਲੇਵਾਲਾ ਖੜੇ ਨੇ, ਇਹ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਭੁਪਿੰਦਰ ਸਿੰਘ ਔਲਖ ਨੇ, ਸੂਬਾ ਆਗੂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ, BKU ਕਾਦੀਆਂ ਦੇ ਸਾਥੀ ਖੜੇ ਆ, BKU ਬਕੌਂਦਾ ਦੇ, BKU ਲੱਖੋਵਾਲ ਦੇ, ਸਾਰੀਆਂ ਜਥੇਬੰਦੀਆਂ
ਠੀਕ ਆ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਅਗਲਾ ਜੋ ਵੀ ਸੰਯੁਕਤ ਕਿਸਾਨ ਮੋਰਚਾ ਸੀ ਪੰਜਾਬ ਚੈਪਟਰ ਦੇ ਵਿੱਚ ਵੀ ਇਹ ਗੱਲ ਲੈ ਕੇ ਜਾਵਾਂਗੇ। ਪਹਿਲਾਂ ਜਿਹੜੀਆਂ ਮੰਗਾਂ ਨੇ, ਹੁਣ 2 ਸਤੰਬਰ ਨੂੰ ਚੰਡੀਗੜ੍ਹ ਦੀ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਹੈਗੇ ਆ, ਤੇ ਸਾਰੇ ਸੂਬੇ ਦੇ ਆਗੂ ਫਰੀਦਕੋਟ 'ਚ ਵੀ ਨੇ। ਜੇ ਮਸਲਾ ਹੱਲ ਨਹੀਂ ਹੁੰਦਾ ਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਦੀ ਮੀਟਿੰਗ 'ਚ ਗੱਲ ਕਰਾਂਗੇ, ਕਿਉਂਕਿ ਖੇਤੀਬਾੜੀ ਦੀ ਪੜ੍ਹਾਈ ਕਿਸਾਨਾਂ ਨਾਲ ਪਿੰਡਾਂ ਦੇ ਨਾਲ ਜੁੜੀ ਹੋਈ ਹੈਗੀ ਆ। ਜੇ ਉਹ ਬੰਦ ਹੋ ਜਾਂਦੀ ਹੈ ਤੇ ਫਿਰ ਇਹ ਸਰਕਾਰ ਵਾਸਤੇ ਸ਼ਰਮਨਾਕ ਗੱਲ ਹੈ। ਮੰਗਾਂ ਕੀ ਕਹੀਏ ਸਰਕਾਰ ਨੂੰ, ਜੋ ਡਰਾਮੇਬਾਜ਼ ਇਹ ਸਰਕਾਰ ਹੈ, ਕਿਉਂਕਿ ਜਿਹੜਾ ਖੇਤੀਬਾੜੀ ਮਹਿਕਮਾ ਨਾ, ਇਸੇ ਦੇ ਸਿਰ ਤੇ ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਸੂਬਾ ਪੰਜਾਬ, ਉਹ ਖੇਤੀ ਦੀ ਜਾਣਕਾਰੀ ਜ਼ਰੂਰੀ ਹੈ। ਔਰ ਜੇ ਪ੍ਰਾਈਵੇਟ ਬੱਚੇ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਆ, ਪ੍ਰਾਈਵੇਟ ਉਹ ਕਰ ਨਹੀਂ ਸਕਦੇ, ਸਰਕਾਰੀ ਇਹ ਬੰਦ ਕਰ ਰਹੇ ਨੇ। ਪਤਾ ਨਹੀਂ ਸਰਕਾਰ ਕਿਹੜੇ ਪਾਸੇ ਨੂੰ ਜਾ ਰਹੀ ਹੈ। ਛੋਰੇ ਮਿਲ ਤੇ ਜੋ ਜਦ ਮਰਨ ਵਰਤ ਰੱਖਿਆ ਸੀ ਗੁਰਦਿੱਤ ਸਿੱਖ ਨੇ, ਮੈਂ ਆਪ ਨਾਲ ਬੈਠੇ ਸਾਡੀ ਜਥੇਬੰਦੀ ਨਾਲ ਇਹਨਾਂ ਦੇ ਮਰਨ ਵਰਤ ਤੇ ਬੈਠੀ ਸੀ, ਉਹ ਸਾਰਾ ਕੁਝ ਅੱਜ ਵੇਚ ਦਿੱਤਾ, ਹੁਣ ਇਸ ਪਾਸੇ ਹੋ ਗਏ। ਸੋ ਇਹ ਸਰਕਾਰ ਦਾ ਕੋਈ ਸਿਸਟਮ ਲੱਗ ਨਹੀਂ ਰਿਹਾ ਵੀ ਇਹਦੇ ਕਰਨਾ ਕੀ ਹੈਗਾ ਆ, ਇਹਦੇ ਨਾਲ ਕੋਈ ਕਿਆ ਕਹਿ ਲਈਏ ਸਿਰਾ ਟੱਪਿਆ ਪਿਆ ਸਰਕਾਰ ਦਾ। ਜੋ ਇਹ ਵਾਅਦੇ ਕੀਤੇ ਸੀ, ਕਹਿੰਦੇ ਸੀ ਕਰਜ਼ਾ ਮੁਕਤ ਹੋ ਜੂ, ਇਹ ਧਰਨਾ ਮੁਕਤ ਹੋ ਜੂ ਸਰਕਾਰ, ਇਹ ਨਸ਼ਾ ਮੁਕਤ ਹੋ ਜੂ ਸਰਕਾਰ, ਧਰਨਾ ਮੁਕਤ ਹੋਈ ਪਈ ਹੈ। ਜਿਹੜੀ ਸਰਕਾਰ ਧਰਨਿਆਂ 'ਚੋਂ ਆਪ ਨਿਕਲੀ ਹੋਵੇ, ਉਹਦੇ ਬਾਰੇ ਨਿਤ ਜਿੰਦਾਬਾਦ ਮੁਰਦਾਬਾਦ ਹੋਵੇ, ਉਹਦੇ ਪੁੱਤਰੇ ਸੜਨ ਮੁੱਖ ਮੰਤਰੀ ਤੱਕ, ਤਾਂ ਉਹ ਸਰਕਾਰ ਦਾ ਫਿਰ ਕੀ ਕਹਿਣਾ ਹੁੰਦਾ। ਸੋ ਇਹ ਜਿਹੜਾ ਇਹਨੇ ਫੈਸਲਾ ਲਿਆ ਪ੍ਰਾਈਵੇਟ ਕਰਨ ਦਾ, ਇਹਨੂੰ ਵਾਪਸ ਲੈ ਲਵੇ। ਅਦਰਵਾਈਜ਼ ਜਿਹੜਾ ਸੰਯੁਕਤ ਮੋਰਚੇ ਸਾਰਾ ਨਾਲ ਹੀ ਅਕੇਲਗੇ, ਅਸੀਂ ਕੱਲ੍ਹ ਹੀ ਮੀਟਿੰਗ ਹੋਈ ਸੀ, ਮੈਂ ਉੱਥੇ ਵੀ ਕਹਿ ਕੇ ਆਇਆ ਸੀ ਵੀ ਸਾਡਾ ਵੀ ਉੱਥੇ ਪ੍ਰੋਗਰਾਮ ਰੱਖਿਆ ਹੋਇਆ, ਅਦਰਵਾਈਜ਼ ਸਾਨੂੰ ਲੋੜ ਪਈ ਤਾਂ ਅਸੀਂ ਵੱਡੇ ਸੰਯੁਕਤ ਮੋਰਚੇ ਕੋਲ, ਪੰਜਾਬ ਚੈਪਟਰ ਕੋਲ, ਸਾਰੇ ਕੋਲ ਅਸੀਂ ਗੱਲ ਕਰਕੇ ਅਸੀਂ ਵੱਡਾ ਕੀ ਪ੍ਰੋਗਰਾਮ ਉਡੀਕ ਸਕਦੇ ਹਾਂ। ਫਿਰ ਧਰਨੇ ਵੀ ਜਾਰੇ ਹੋ ਸਕਦੇ ਨੇ, ਕੁਲਤਾਰ ਸੰਧਵਾਂ ਤੇ ਵੀ ਜਾਵਾਂਗੇ, ਮੁਲਕ ਤੇ ਵੀ ਜਾਵਾਂਗੇ, ਸਾਰੇ ਜ਼ਿਲ੍ਹੇ ਦੇ ਵਿੱਚ ਜੋ ਇੱਥੇ ਤਿੰਨ ਹੈਗੇ ਨੇ ਸਾਡੇ, ਇੱਕ ਤਾਂ ਸਪੀਕਰੀ ਹੈ ਪਰ ਮੰਤਰੀ ਤੋਂ ਉੱਪਰ ਹੁੰਦਾ ਪਦੇ ਦਾ, ਤਾਂ ਉਹਦੇ ਵੀ ਜਾਵਾਂਗੇ। ਔਰ ਪਿੰਡਾਂ ਦੇ ਵਿੱਚ ਮਾਰਚ, ਸ਼ਹਿਰਾਂ ਦੇ ਵਿੱਚ ਮਾਰਚ ਕਰਾਂਗੇ। ਆਉਣ ਵਾਲਾ ਸਮਾਂ ਜਿਹੜਾ ਹੈਗਾ, 92 ਸੀਟਾਂ ਲੈ ਕੇ ਜਿੱਤੇ ਨੇ ਇਹ, ਆਉਣ ਵਾਲਾ ਸਮਾਂ ਫਿਰ ਆਉਣਾ, ਉਸ ਨੂੰ ਅੱਗੇ ਲੈ ਕੇ ਚੱਲਣ, ਜੇ ਹਾਂ ਅਗਲੀਆਂ ਚੋਣਾਂ ਨੂੰ ਲੈ ਕੇ ਚੱਲਣ, ਕਿਉਂਕਿ ਜੇ ਲੋਕ ਦੂਜੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਤੋਂ ਲੋਕ ਨਾਰਾਜ਼ ਹੋਏ ਸੀ ਉਹਨਾਂ ਨੂੰ ਬਦਲ ਕੇ 92 ਸੀਟਾਂ ਦੇ ਸਕਦੇ ਨੇ, ਤਾਂ ਪਿੱਛੇ ਕੁਛ ਤਾਂ ਦੱਸ ਦਿੱਤਾ ਇਹਨਾਂ ਨੂੰ, ਆ ਲੋਕ ਸਭਾ ਸੀਟਾਂ ਵੀ 13 ਕਹਿੰਦੇ ਸੀ, 3 ਆਈਆਂ ਇਹਨਾਂ ਨੂੰ। ਸੋ ਆਉਣ ਵਾਲਾ ਸਮਾਂ ਤੇ ਚੰਗਾ ਨਹੀਂ ਹੋਵੇਗਾ, ਦੇਖੋ ਪਊਗਾ ਹੀ ਜੇ ਅਸੀਂ ਗਲਤ ਕੋਈ ਸਿਸਟਮ ਚੱਕਾਂਗੇ। ਹੁਣ ਬੀਜੇਪੀ ਜਿਹੜੀ ਹੈਗੀ, ਉਹਨੇ ਗਲਤ ਸਿਸਟਮ ਚੱਕਿਆ ਸੀ ਕਿਸਾਨਾਂ ਵਿਰੁੱਧ, ਉਹਨਾਂ ਨੇ ਕੀਤਾ ਸੀ, ਅੱਜ ਕਿੱਥੇ ਆ ਕੇ ਖੜ ਗਏ ਨੇ। ਇੱਕ ਕਿਸੇ ਦੇ ਆਧਾਰਤ ਸਰਕਾਰ ਬਣੀ ਹੈਗੀ, ਲੰਗੜੀ ਸਰਕਾਰ ਬਣੀ, ਮੈਂ ਕਹੂੰਗਾ ਉਹ ਸਾਰਾ ਸੰਯੁਕਤ ਮੋਰਚੇ ਦਾ ਅਸਰ ਹੈਗਾ। ਸੰਯੁਕਤ ਮੋਰਚਾ ਸਹੀ ਫੈਸਲੇ ਲੈਂਦਾ, ਗਲਤ ਨਹੀਂ ਲੈਂਦਾ, ਲੋਕ ਪੱਖੀ ਫੈਸਲੇ ਲੈਂਦਾ। ਜਦ ਲੋਕ ਪੱਖੀ ਫੈਸਲੇ ਲੈਂਦਾ ਤਾਂ ਲੋਕ ਨਾਲ ਹੁੰਦੇ ਆ, ਜਾਂ ਲੋਕ ਨਾਲ ਹੁੰਦੇ ਆ ਤਾਂ ਸਰਕਾਰਾਂ ਫਿਰ ਟੈਕ ਨਹੀਂ ਸਕਦੀਆਂ। ਸੋ ਇਹਨਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ, ਇਹਨੂੰ ਚੱਲਣਾ ਚਾਹੀਦਾ। ਸਾਡੇ ਜੋ ਘਰਾਂ ਵਾਲੇ ਬੱਚੇ ਆ, ਪਿੰਡਾਂ ਵਾਲੇ ਬੱਚੇ ਹੈਗੇ ਆ, ਗਰੀਬ ਘਰਾਂ ਦੇ ਬੱਚੇ ਹੈਗੇ, ਤਾਂ ਜੋ ਅਗਲੀ ਕਰਜ਼ੇ ਕਰਕੇ ਕੋਈ ਨਾ ਕੋਈ ਬਣ ਸਕਣ, ਔਰ ਸਾਨੂੰ ਵੀ ਉਹਦਾ ਫਾਇਦਾ ਹੋ ਸਕੇ, ਅਗਲੀ ਕਰਜ਼ੇ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਨੂੰ ਵੀ ਉਹਦਾ ਫਾਇਦਾ ਹੋ ਸਕੇ।